तस्वीरां महाशाह राजपाल सीनियर सैकेंडरी स्कूल लड़कियां फतेहाबाद तो सामने आईयां ने, जिथे स्टेट लैवल दे उत्ते खेड के आए बच्चियां नूं प्रिंसीपल मैडम परविंदर कौर वल्लों अते पूरे स्टाफ दे वल्लों सन्मानित कीता गया। स्कूल दियां दो विद्यार्थिनां अंजलि अते नेहा नूं, जो कि नैशनल लैवल लई सिलैक्ट होईयां हन, उन्हां नूं प्रिंसीपल अते स्टाफ दे वल्लों शील्डां अते कैश दे के सन्मानित कीता गया। इस मौके दे उत्ते डीपीआई कोच लखविंदर सिंह ने पत्रकारां दे नाल गल्लबात कीती। दसना बनता है कि स्कूल दियां कबड्डी सर्कल स्टाइल 17 सालां विचों पहला स्थान, कबड्डी नैशनल स्टाइल दे विच दूजा स्थान, कबड्डी 14 सालां विच दूजा स्थान, कबड्डी सर्कल स्टाइल विच 19 सालां, जिला तरन तारण दे विचों तीसरा स्थान हासिल किया गया है। खडूर साहब तो अज दी आवाज़ दे लई सुखदेव राज दी रिपोर्ट। बेटा जिहड़ा तुसीं तुहाडे स्कूल वल्लों स्केट खेड के आए जी, ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਮੈਨੂੰ। ਅਤੇ ਜਿਹੜੀ ਅਚੀਵਮੈਂਟ ਤੁਹਾਡੀ ਹੈ, ਇਹਦੇ 'ਚ ਤੁਹਾਡੇ ਟੀਚਰ ਜਿਹੜੇ, ਉਹਨਾਂ ਦਾ ਕਿੰਨਾ ਕੁ ਯੋਗਦਾਨ ਸਮਝਦੇ ਹੋ ਤੁਸੀਂ? ਟੀਚਰਾਂ ਦਾ ਬਹੁਤ ਵਧੀਆ ਯੋਗਦਾਨ ਆ, ਉਹਨਾਂ ਤੋਂ ਬਗੈਰ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ। ਭਵਿੱਖ ਵਿੱਚ ਕੀ ਤੁਸੀਂ ਆਸ ਕਰਦੇ ਜੇ, ਵੀ ਕਿਹੋ ਜਿਹੀ ਪਰਫੋਰਮੈਂਸ ਹੋਜੀ ਤੁਹਾਡੀ? ਮੈਂ ਬਹੁਤ ਵਧੀਆ ਰੇਡਰ ਬਣਨਾ ਚਾਹੁੰਦੀ ਹਾਂ। ਬੇਟਾ ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਅੰਜਲੀ। ਕਿਹੜੇ ਸਕੂਲ ਤੋਂ? ਸਰਕਾਰੀ ਸੀਨੀਅਰ ਸੈਕੰਡਰੀ ਗਰਲਸ ਸਕੂਲ ਫਤਿਹਾਬਾਦ। ਜਿਹੜਾ ਤੁਸੀਂ ਅਚੀਵਮੈਂਟ ਕੀਤੀ ਆ, ਕੀ ਕਿਹੋ ਜਿਹਾ ਮਹਿਸੂਸ ਹੋ ਰਿਹਾ? ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ, ਅਤੇ ਮਤਲਬ ਕਿ ਸਾਡੇ ਸਰ ਲਖਵਿੰਦਰ ਸਰ, ਉਹਨਾਂ ਦੇ ਸਦਕੇ ਹੀ ਅੱਜ ਇੱਥੇ ਪਹੁੰਚੇ ਹਾਂ, ਅਤੇ ਸਟੇਟ ਲੈਵਲ 'ਤੇ ਅਸੀਂ ਮੱਲਾਂ ਮਾਰੀਆਂ, ਅਤੇ ਨੈਸ਼ਨਲ ਲੈਵਲ ਹੀ ਸਿਲੈਕਟ ਹੋਏ। ਹੁਣ ਤੁਹਾਡੇ ਨੈਸ਼ਨਲ ਲਈ ਸਿਲੈਕਸ਼ਨ ਹੋਈ ਆ, ਹਾਂਜੀ, ਕੀ ਆਸ ਕਰਦੇ ਆ ਤੁਹਾਡੇ ਤੋਂ, ਤੁਹਾਡੇ ਟੀਚਰ, ਤੁਹਾਡੇ ਮਾਪੇ ਕਿਹੋ ਜਿਹਾ ਪ੍ਰਦਰਸ਼ਨ ਕਰਦੇ? ਇਹੋ ਆਸ ਕਰਦੇ ਆ ਕਿ ਅਸੀਂ ਹੋਰ ਤਰੱਕੀਆਂ ਕਰੀਏ, ਅਸੀਂ ਗਾਂਹ ਹੁਣ ਨੈਸ਼ਨਲ ਲੈਵਲ 'ਤੇ ਵੀ ਜਿੱਤ ਕੇ ਆਈਏ, ਅਤੇ ਆਪਣਾ ਜਿਹੜਾ ਨਾਮ ਆ ਸਕੂਲ ਦਾ, ਆਪਣੇ ਪੇਰੈਂਟਸ ਦਾ, ਅਤੇ ਆਪਣਾ ਨਾਮ ਰੋਸ਼ਨ ਕਰੀਏ। ਹੋਰ ਨਾ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਉਹਨਾਂ ਨੂੰ ਇਹੋ ਕਹਿਣਾ ਚਾਹਾਂਗੀ ਕਿ ਤੁਸੀਂ ਵੱਧ ਤੋਂ ਵੱਧ ਮਤਲਬ ਕਿ ਖੇਡੋ, ਅਤੇ ਵਧੀਆ ਪਰਫੋਰਮੈਂਸ ਕਰੋ, ਤਾਂ ਕਿ ਤੁਹਾਡਾ ਵੀ ਭਵਿੱਖ ਜਿਹੜਾ ਕਿ ਵਧੀਆ ਬਣ ਸਕੇ। ਹਾਂਜੀ ਸਰ, ਅੱਜ ਕੀ ਪ੍ਰੋਗਰਾਮ ਹੈ ਜੀ ਸਕੂਲੇ? ਅੱਜ ਜੀ ਅਸੀਂ ਸਾਡੇ ਗੌਰਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਤਿਹਾਬਾਦ ਦੇ ਬੱਚੇ ਜਿਹੜੇ ਆ, ਇਹਨਾਂ ਦੀਆਂ ਜ਼ਿਲ੍ਹਾ ਲੈਵਲ 'ਤੇ 4 ਪਲੇਸਾਂ ਪਈਆਂ ਸੀ, ਕਬੱਡੀ ਨੈਸ਼ਨਲ ਸਟਾਈਲ 'ਚ, ਕਬੱਡੀ ਸਰਕਲ ਸਟਾਈਲ 'ਚ। ਅੱਜ ਉਹਨਾਂ ਬੱਚਿਆਂ ਨੂੰ ਅਸੀਂ ਸਨਮਾਨਿਤ ਕੀਤਾ, ਸਾਡੇ ਪ੍ਰਿੰਸੀਪਲ ਮੈਡਮ ਨੇ ਅਤੇ ਸਾਰੇ ਸਟਾਫ ਨੇ, ਅਤੇ ਨਾਲੇ ਸਾਡੇ ਜਿਵੇਂ ਦੋ ਬੱਚੇ ਜਿਹੜੇ ਉਹ ਨੈਸ਼ਨਲ ਲੈਵਲ 'ਤੇ ਸਿਲੈਕਟ ਹੋਏ ਆ, ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ। ਇਹਦੇ ਲਈ ਅੱਜ ਇੱਕ ਛੋਟਾ ਜਿਹਾ ਮੈਚ ਜਿਵੇਂ ਬੱਚਿਆਂ ਦਾ 19th-17th ਦਾ ਕਰਵਾਇਆ ਸੀ ਅਸੀਂ ਸਕੂਲ 'ਚ, ਉਹਦੇ ਸੰਬੰਧ 'ਚ ਸਾਰੇ ਜਣੇ ਇੱਥੇ ਇਕੱਠੇ ਹੋਏ, ਬੱਚੇ ਇਕੱਠੇ ਕੀਤੇ, ਉਹੀ ਪ੍ਰੋਗਰਾਮ ਆ ਜੀ ਅੱਜ। ਤੁਹਾਡੇ ਸਕੂਲ ਦੇ ਕਿੰਨੇ ਬੱਚੇ ਨੈਸ਼ਨਲ ਸਿਲੈਕਟ ਹੋਏ? ਸਾਡੇ ਦੋ ਬੱਚੇ ਕਬੱਡੀ ਸਰਕਲ ਸਟਾਈਲ 'ਚ ਨੈਸ਼ਨਲੀ ਸਿਲੈਕਟ ਹੋਏ ਜੀ, ਅੰਜਲੀ ਅਤੇ ਨੇਹਾ, ਦੋਵੇਂ ਬੱਚੇ ਜਿਹੜੇ ਨੈਸ਼ਨਲੀ ਸਿਲੈਕਟ ਹੋਏ ਦੋਵੇਂ ਬੱਚੇ, ਅਤੇ 16 ਦੇ ਕਰੀਬ ਸਾਡੇ ਬੱਚੇ ਜਿਹੜੇ ਉਹ ਸਟੇਟ ਲੈਵਲ 'ਤੇ ਖੇਡੇ ਆ ਜੀ, 14 ਦੇ ਵਿੱਚ, 17 ਦੇ ਵਿੱਚ ਅਤੇ 19 ਦੇ ਵਿੱਚ, ਤਿੰਨਾਂ ਗਰੁੱਪਾਂ ਦੇ ਵਿੱਚ। ਠੀਕ ਹੈ, ਮੈਨੂੰ ਦੱਸ ਦੇਣਾ ਤੁਸੀਂ। ਹਾਂਜੀ, ਕੀ ਮੈਮ ਤੁਹਾਡਾ ਨਾਮ ਜੀ? ਮੈਂ ਪਰਵਿੰਦਰ ਕੌਰ, ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਾਬਾਦ ਤਰਨ ਤਾਰਨ ਤੋਂ। ਅੱਜ ਅਸੀਂ ਸਪੋਰਟਸ ਇਵੈਂਟ ਕਰਵਾਇਆ, ਬੱਚੇ ਸਾਡੇ ਬਹੁਤ ਪੁਜੀਸ਼ਨਸ ਲੈ ਕੇ ਆਏ ਨੇ ਕਬੱਡੀ ਦੇ ਵਿੱਚ, ਨੈਸ਼ਨਲ ਸਟਾਈਲ 'ਚ ਅਤੇ ਸਰਕਲ ਸਟਾਈਲ 'ਚ ਦੋਨੋਂ ਬੱਚੇ ਗਏ ਸੀ। ਅੰਡਰ 17 ਸਾਡੀ ਡਿਸਟ੍ਰਿਕਟ ਦੇ ਵਿੱਚ ਫਸਟ ਪੁਜੀਸ਼ਨ ਆਈ ਹੈ, ਅੰਡਰ 17 ਨੈਸ਼ਨਲ ਸਟਾਈਲ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸੈਕਿੰਡ ਪੁਜੀਸ਼ਨ ਆਈ ਹੈ, ਅੰਡਰ 14 ਦੇ ਸਾਡੇ ਬੱਚੇ ਛੋਟੇ ਬੱਚੇ ਗਏ ਆ, ਉਹਨਾਂ ਨੇ ਵੀ ਜ਼ਿਲ੍ਹੇ ਦੇ ਵਿੱਚ ਦੂਸਰੀ ਪੁਜੀਸ਼ਨ ਹਾਸਲ ਕੀਤੀ ਹੈ, ਅੰਡਰ 19 ਦੇ ਵਿੱਚ ਜ਼ਿਲ੍ਹੇ ਦੇ ਵਿੱਚ 3rd ਪੁਜੀਸ਼ਨ ਹਾਸਲ ਕੀਤੀ ਹੈ। ਪਰ ਅੰਡਰ 19 ਦੀ ਖਾਸ ਗੱਲ ਹੈ ਕਿ ਸਾਡੇ ਦੋ ਬੱਚੇ ਨੈਸ਼ਨਲ ਲੈਵਲ 'ਤੇ ਸਿਲੈਕਟ ਹੋਏ ਨੇ, ਜਿਹੜੇ ਕਿ ਨੇਹਾ ਔਰ ਅੰਜਲੀ ਲੜਕੀ ਹੈ, ਪਲੱਸ 2 ਕਲਾਸ ਦੀਆਂ ਨੇ, ਜਿਨ੍ਹਾਂ ਨੇ ਸਾਡਾ ਬਹੁਤ ਸਿਰ ਉੱਚਾ ਕੀਤਾ, ਸਕੂਲ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ, ਔਰ ਟੋਟਲ 16 ਬੱਚੇ ਜਿਹੜੇ ਨੇ ਉਹ ਸਟੇਟ 'ਤੇ ਖੇਡ ਕੇ ਆਏ ਨੇ। ਤੁਹਾਡੇ ਸਕੂਲ ਦੇ ਅਧਿਆਪਕਾਂ ਦੀ ਕਿਹੋ ਜਿਹੀ ਮਿਹਨਤ ਤੁਸੀਂ ਸਮਝਦੇ ਜਿਹੜੇ ਬੱਚਿਆਂ ਨੇ ਅਚੀਵ ਕੀਤਾ? ਇਹ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਸਰਕਾਰ ਦਾ ਵੀ, ਵਿਭਾਗ ਦਾ ਵੀ, ਜਿਨ੍ਹਾਂ ਨੇ ਸਾਨੂੰ PTI ਦਿੱਤੇ ਨੇ, ਸਰਦਾਰ ਲਖਵਿੰਦਰ ਸਿੰਘ ਜੀ ਜਿਹੜੇ ਫਤਿਹਾਬਾਦ ਨੂੰ ਹੀ ਬਿਲੋਂਗ ਕਰਦੇ ਨੇ। ਔਰ ਇੱਥੇ ਮੈਂ ਉੱਚੇ ਤੌਰ 'ਤੇ ਦੱਸਣਾ ਚਾਹਾਂਗੀ ਕਿ ਲਖਵਿੰਦਰ ਸਰ ਸਾਡੇ ਸਕੂਲ 'ਚ ਨਾ ਹੁੰਦਿਆਂ ਹੋਇਆਂ ਵੀ, ਮਿਡਲ ਸਕੂਲ ਖਵਾਸਪੁਰ ਹੁੰਦਿਆਂ ਹੋਇਆਂ ਵੀ, ਉਹਨਾਂ ਨੇ ਬੱਚਿਆਂ ਨੂੰ ਬੜੀ ਮਿਹਨਤ ਕਰਵਾਈ ਸੀ, ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹੋਇਆਂ ਕਿ ਉਹਨਾਂ ਨੇ ਸਾਡੇ ਸਕੂਲ ਐਜ਼ PTI ਟੀਚਰ ਜੁਆਇਨ ਕਰ ਲਿਆ ਹੋਇਆ, ਅਤੇ ਹੋਰ ਵੀ ਮਿਹਨਤ ਕਰਵਾ ਕੇ ਨੈਸ਼ਨਲ ਪੱਧਰ 'ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ।